ਆਜੋ ਵੀ ਰਾਜ ਥੋੜਾ ਜਿਹਾ ਮੂੰਹ ਆਓ ਵੀ ਥੋੜਾ ਜਿਹਾ ਐਂ ਘੁੰਮ ਸਾਰੇ ਹੋ ਜੋ ਆ ਜੋ ਬੁਲੇ ਸੋਨਿਆ ਸਤਿ ਅਕਾਲ ਬਹੁਤ ਬਹੁਤ ਮੁਬਾਰਕਾਂ ਜੀ ਬਾਬਾ ਇੱਦਾਂ ਹੀ ਕਿਰਪਾ ਬਣਾ ਕੇ ਰੱਖੇ ਤੁਹਾਡੇ ਤੇ ਲਾਈਫ ਕੇਅਰ ਫਾਊਂਡੇਸ਼ਨ ਦਾ ਜੋ ਉਪਰਾਲਾ ਹੋਇਆ ਸਮਰਾਲਾ ਰੋਡ ਧਰਮਪੁਰਾ ਗੁਰਦੁਆਰੇ ਦੇ ਕੋਲ ਅਤੇ ਮੈਨੂੰ ਥੋੜ੍ਹਾ ਇਸ ਦੱਸੋ ਲਾਈਫ ਕੇਅਰ ਫਾਊਂਡੇਸ਼ਨ ਬਾਰੇ। ਹਾਂਜੀ, ਜਿਸ ਤਰ੍ਹਾਂ ਲਾਈਫ ਕੇਅਰ ਫਾਊਂਡੇਸ਼ਨ ਪੂਰੇ ਪੰਜਾਬ ਦੇ ਵਿੱਚ ਤਕਰੀਬਨ 80 ਥਾਵਾਂ ਉੱਤੇ ਚੈਰੀਟੇਬਲ ਲੈਬੋਰਟਰੀਆਂ ਲਾ ਕੇ ਸੇਵਾਵਾਂ ਕਰ ਰਹੀ ਹੈ ਵੱਖ ਵੱਖ ਸ਼ਹਿਰਾਂ ਵਿੱਚ, ਜਿਵੇਂ ਜਲੰਧਰ ਹੋ ਗਿਆ, ਧੂਰੀ ਹੋ ਗਿਆ, ਮਲੇਰਕੋਟਲਾ ਹੋ ਗਿਆ, ਅੱਗੋਂ ਜਿਹੜੇ ਮਾਲਵੇ ਦੇ ਪਿੰਡ ਹੈ, ਦੁਆਬੇ ਵਿੱਚ ਵੀ, ਅਤੇ ਲੁਧਿਆਣੇ ਵਿੱਚ ਇਹ ਤੀਜਾ ਸੈਂਟਰ ਲਾਈਫ ਕੇਅਰ ਫਾਊਂਡੇਸ਼ਨ ਵੱਲੋਂ ਅੱਜ ਖੋਲ੍ਹਿਆ ਜਾ ਰਿਹਾ ਹੈ। ਸਭ ਤੋਂ ਪਹਿਲਾਂ ਤਾਂ ਮੈਂ ਸਥਾਨ ਬਾਰੇ ਦੱਸ ਦੇਵਾਂ ਤਾਂ ਗੁਰਦੁਆਰਾ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਪਾਤਸ਼ਾਹੀ 8ਵੀਂ ਗੁਰਦੁਆਰਾ ਸਾਹਿਬ ਵਿਖੇ ਅੱਜ ਇਸ ਸੈਂਟਰ ਦਾ ਆਗਾਜ਼ ਹੋਣ ਜਾ ਰਿਹਾ ਹੈ ਜੀ। ਇਸ ਸੈਂਟਰ ਦੇ ਵਿੱਚ ਖਾਸ ਤੌਰ 'ਤੇ ਅਗਰ ਮੈਂ ਟੈਸਟਾਂ ਦੀ ਗੱਲ ਕਰਾਂ, ਖੂਨ ਨਾਲ ਸੰਬੰਧਿਤ ਟੈਸਟਾਂ ਦੀ, ਤਾਂ ਇਹ ਸਾਰੇ ਟੈਸਟ 3 ਗੁਣਾ ਘੱਟ ਕੀਮਤ ਉੱਤੇ ਹੋਣਗੇ ਬਾਜ਼ਾਰ ਨਾਲੋਂ, ਅਤੇ ਟੈਸਟ ਦੀ ਜੋ ਗੁਣਵੱਤਾ ਹੈ, ਰਿਪੋਰਟ ਹੈ, ਉਹ ਜੋ ਵੱਡੀਆਂ ਵੱਡੀਆਂ ਕਾਰਪੋਰੇਟ ਲੈਬਸ ਨੇ ਉਹਨਾਂ ਦੇ ਬਰਾਬਰ ਦੀ ਹੋਵੇਗੀ। ਬਸ ਫਰਕ ਵੱਡੀਆਂ ਲੈਬਾਂ ਅਤੇ ਸਾਡੀ ਲੈਬ ਦਾ ਫਰਕ ਸਿਰਫ ਇੰਨਾ ਕੁ ਹੈ ਵੀ ਉਹ ਇੱਕ ਬਿਜ਼ਨਸ ਮਾਡਲ ਹੈ, ਕਾਰਪੋਰੇਟ ਮਾਡਲ ਹੈ, ਸਾਡਾ ਸੇਵਾ ਮਾਡਲ ਹੈ। ਕੁਝ ਟੈਸਟਾਂ ਦਾ ਮੈਂ ਜ਼ਿਕਰ ਕਰਾਂ, ਜਿਵੇਂ ਥਾਇਰਾਇਡ ਦਾ ਟੈਸਟ ਹੈ, ਬਾਹਰ 400-500 ਰੁਪਏ ਦਾ ਹੁੰਦਾ ਹੈ, ਇੱਥੇ ਸਿਰਫ 120 ਰੁਪਏ ਦਾ ਹੋਵੇਗਾ। ਵਿਟਾਮਿਨ ਡੀ ਦਾ ਟੈਸਟ ਬਾਹਰ 1000-1200 ਰੁਪਏ ਦਾ ਹੁੰਦਾ ਹੈ, ਇੱਥੇ ਸਿਰਫ 270 ਰੁਪਏ ਦਾ ਹੋਏਗਾ। ਵਿਟਾਮਿਨ B12 ਦਾ ਜੋ ਟੈਸਟ ਹੈ ਬਾਹਰ 500-600 ਦਾ, ਇੱਥੇ ਸਿਰਫ 180 ਰੁਪਏ ਦਾ ਹੋਏਗਾ। ਲਿਪਿਡ ਪ੍ਰੋਫਾਈਲ ਦਾ, ਪੂਰੀ ਜੋ ਲਿਪਿਡ ਪ੍ਰੋਫਾਈਲ ਦਾ ਜੋ ਟੈਸਟ ਹੈ, ਉਹ ਸਿਰਫ 90 ਰੁਪਏ ਦਾ ਹੋਏਗਾ। ਅਤੇ ਖਾਸ ਗੱਲ ਇਹ ਮੈਂ ਕਹਿਣਾ ਚਾਹਾਂਗਾ ਕਿ ਜਿਹੜੀ ਇਹ ਰਿਪੋਰਟ ਹੈ, ਇਹ ਇੱਕ NABL ਸਰਟੀਫਾਈਡ ਜੋ ਸਾਡੀ ਮੁੱਖ ਸ਼ਾਖਾ ਹੈ ਡੇਰਾ ਬੱਸੀ ਪੰਜਾਬ, ਉੱਥੋਂ ਇਹ ਰਿਪੋਰਟ ਪ੍ਰਵਾਨਿਤ ਹੋ ਕੇ ਆਏਗੀ। ਉੱਥੇ 2 ਡਾਕਟਰ ਨੇ, ਡਾਕਟਰ ਪੈਥੋਲੋਜਿਸਟ ਡਾਕਟਰ ਪੁਨੀਤ ਜੀ, ਡਾਕਟਰ ਇਸ਼ੀ ਜੀ, ਜਿਨ੍ਹਾਂ ਦੀ ਦੇਖ ਰੇਖ ਦੇ ਵਿੱਚ ਲੈਬ ਚੱਲਦੀ ਹੈ, ਉਹਨਾਂ ਤੋਂ ਪ੍ਰਵਾਨਿਤ ਹੋ ਕੇ ਇਹ ਜੋ ਰਿਪੋਰਟ ਇੱਥੇ ਮਰੀਜ਼ ਨੂੰ ਪ੍ਰਾਪਤ ਹੁੰਦੀ ਹੈ। ਅਤੇ NABL ਕਰਕੇ ਜੋ ਵੱਡੀਆਂ ਵੱਡੀਆਂ ਸੰਸਥਾਵਾਂ ਨੇ, ਜਿਸ ਤਰ੍ਹਾਂ AIIMS ਹੋ ਗਿਆ, PGI ਹੋ ਗਿਆ, 32 ਸੈਕਟਰ ਹੋ ਗਿਆ, ਜਾਂ ਦਿੱਲੀ ਦੇ ਗੰਗਾਧਾਰ ਵੱਡੇ ਹੋਸਪਿਟਲ ਹੋ ਗਏ, ਉੱਥੇ ਇਹ ਰਿਪੋਰਟ ਪ੍ਰਵਾਨਿਤ ਹੈ ਜੀ। ਅੱਛਾ, ਅਤੇ ਜਿਹੜੇ ਆਪਣੇ ਟੈਸਟ ਕਰਨ ਵਾਲੇ ਬੰਦੇ ਬਿਠਾਏ ਹੋਏ ਆ ਅੰਦਰ, ਉਹ ਵੈੱਲ ਐਜੂਕੇਟਿਡ ਹੋਣਗੇ ਸਾਰੇ ਜੀ? ਜਿਸ ਤਰ੍ਹਾਂ ਵੱਡੀਆਂ ਵੱਡੀਆਂ ਕਾਰਪੋਰੇਟਸ ਲੈਬਸ ਨੇ, ਉਹਨਾਂ ਦੀ ਜਿਹੜੀ ਮੇਨ ਮਸ਼ੀਨਰੀ ਹੁੰਦੀ ਆ ਉਹ ਕਿਸੇ ਖਾਸ ਕਿਸੇ ਮੈਟਰੋ ਸਿਟੀ ਦੇ ਵਿੱਚ ਹੀ ਹੁੰਦੀ ਹੈ। ਸੋ
ਜਦੋਂ ਲੈਬ NABL ਹੋ ਜਾਂਦੀ ਹੈ ਤਾਂ ਤੁਸੀਂ ਸੈਂਪਲ ਨੂੰ ਟਰਾਂਸਪੋਰਟ ਕਰ ਸਕਦੇ ਹੋ। ਇੱਥੇ ਇੱਕ ਕਲੈਕਸ਼ਨ ਸੈਂਟਰ ਹੋਵੇਗਾ ਜਿਹੜਾ ਰੋਜ਼ 7 ਵਜੇ ਤੋਂ 12 ਵਜੇ ਤੱਕ ਖੁੱਲ੍ਹਿਆ ਜਾਏਗਾ। ਸਿਰਫ ਬਲੱਡ ਲਿਆ ਜਾਵੇਗਾ ਜੀ। ਉਸ ਤੋਂ ਬਾਅਦ ਜਿਹੜਾ ਬਲੱਡ ਹੈ ਉਹ ਸਾਡੇ ਮੇਨ ਸੈਂਟਰ ਡੇਰਾਬੱਸੀ ਵਿਖੇ ਪਹੁੰਚ ਜਾਇਆ ਕਰੇਗਾ। ਰਾਤ ਤੱਕ ਜਿਹੜੀ ਰਿਪੋਰਟ 8 ਵਜੇ ਤੋਂ 12 ਵਜੇ ਤੱਕ ਫੋਨ ਦੇ ਉੱਤੇ ਆ ਜਾਇਆ ਕਰੇਗੀ ਅਤੇ ਹਾਰਡ ਕਾਪੀ ਦੇ ਰੂਪ ਵਿੱਚ ਪੇਸ਼ੈਂਟ ਇੱਥੋਂ ਰਿਪੋਰਟ ਪ੍ਰਾਪਤ ਕਰ ਸਕਦਾ ਹੈ। ਬੇਸਿਕਲੀ ਇਹ ਕਲੈਕਸ਼ਨ ਸੈਂਟਰ ਹੈ ਜੀ। ਅੱਛਾ ਜੀ, ਧੰਨਵਾਦ ਜੀ। ਅੱਛਾ, ਇਹ ਜਿਹੜਾ ਇਹਨਾਂ ਨੇ ਉਪਰਾਲਾ ਕੀਤਾ, ਇਹਨਾਂ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਲਾਈਫ ਕੇਅਰ ਫਾਊਂਡੇਸ਼ਨ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਮੈਂ ਇਹ ਸਮਝਦਾ ਵੀ ਜਿਹੜਾ ਇਹ ਉਪਰਾਲਾ ਵਾ, ਇਹ ਮਾਨਵਤਾ ਦੀ ਸੇਵਾ, ਔਰ ਜਿਹੜੀ ਇਹ ਸੇਵਾ ਵਾ ਇਹ ਹਰ ਕਿਸੇ ਇਨਸਾਨ ਨੂੰ ਕਰਨੀ ਚਾਹੀਦੀ ਹੈ। ਔਰ ਜਿੰਨੀਆਂ ਵੀ ਸੰਸਥਾ, ਜਿੰਨੇ ਵੀ ਗੁਰਦੁਆਰਾ ਸਾਹਿਬ, ਮੰਦਰ, ਜਿੰਨੇ ਵੀ ਧਾਰਮਿਕ ਸਥਾਨ ਨੇ, ਉਹਨਾਂ ਨੂੰ ਇਸ ਕੰਮ ਦੇ ਵਿੱਚ ਵੱਧ ਚੜ੍ਹ ਕੇ ਯੋਗਦਾਨ ਪਾਉਣਾ ਚਾਹੀਦਾ। ਜਿਹੜਾ ਇਹ ਗੁਰਦੁਆਰਾ ਸਾਹਿਬ ਦੀ ਕਮੇਟੀ ਨੇ ਇਹ ਉਪਰਾਲਾ ਕੀਤਾ ਵਾ, ਮੈਂ ਸਮਝਦਾ ਵੀ ਇਹੋ ਜਿਹੇ ਉਪਰਾਲੇ ਦੇ ਨਾਲ ਲੱਖਾਂ ਹੀ ਮਾਨਵਤਾ ਦੀ ਜਿਹੜੀ ਸੇਵਾ ਵਾ ਉਹਦੇ ਵਿੱਚ ਯੋਗਦਾਨ ਪਾਊਗੇ ਇਹ। ਔਰ ਮਹਾਰਾਜ ਇਹਨਾਂ ਦੇ ਉੱਤੇ ਇੱਦਾਂ ਹੀ ਕਿਰਪਾ ਬਣਾ ਕੇ ਰੱਖੇ। ਇਸ ਜਿੰਨੇ ਵੀ ਗੁਰਦੁਆਰਾ ਸਾਹਿਬ ਦੀ ਕਮੇਟੀ ਦੇ ਮੈਂਬਰ ਆ, ਪ੍ਰਧਾਨ ਸਭਾ ਆ, ਸਾਰਿਆਂ ਦੇ ਮਾਲਕ ਆਪਣੀ ਕਿਰਪਾ ਬਣਾ ਕੇ ਰੱਖੇ ਤਾਂ ਕਿ ਇਨਸਾਨੀਅਤ ਦੀ ਜਿਹੜੀ ਸੇਵਾ ਬਾਬੇ ਨਾਨਕ ਨੇ ਆਪਾਂ ਨੂੰ ਜੋ ਦੱਸਿਆ ਉਹਦੇ, ਬਾਬੇ ਨਾਨਕ ਦੇ ਦੱਸੇ ਮਾਰਗ 'ਤੇ ਚੱਲ ਕੇ ਇਨਸਾਨੀਅਤ ਦੀ ਸੇਵਾ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ ਜੀ।